ਯਿਸੂ ਦੇ ਜਲਾਲੀ ਬਾਬਰਕਤ ਅਤੇ ਫਤਿਹਮੰਦ ਨਾਮ 'ਚ ਵੇਖਣ ਵਾਲਿਆਂ ਤਮਾਮ ਦੋਸਤਾਂ ਨੂੰ ਮੇਰੀ ਤਰਫੋਂ ਸਲਾਮ। ਮੈਂ ਇਸ ਟਾਈਮ ਗੁਲਬਰਗ ਸਬ ਡਿਵੀਜ਼ਨ ਦੇ ਏਰੀਏ 'ਚ ਖੜ੍ਹਾਂ। ਸਾਡੇ ਐਸ ਡੀ ਓ ਸਾਹਿਬ ਨੇ ਗੁਲਬਰਗ ਸਬ ਡਿਵੀਜ਼ਨ ਮੌਕੇ 'ਤੇ ਖੁਦ ਆਏ ਨੇ। ਮੈਂ ਉਹਨਾਂ ਨਾਲ ਰਿਕੁਆਇਰਮੈਂਟ ਕੀਤੀ ਕਿ ਸਾਰਾ ਸਮਾਨ ਵੱਡੀ ਲਾਏ ਨੇ, ਇਹ ਸਮਾਨ ਪੜੋ ਜਦ ਬੈਡ, ਇਹ ਸਮਾਨ ਇਸ ਲਾਇਕ ਨਹੀਂ ਕਿ ਬੰਦੇ ਨੂੰ ਖਿੱਚ ਲਵੇ ਜਾਂ ਬੰਦੇ ਨੂੰ ਮਤਲਬ ਹਾਦਸੇ ਤੋਂ ਬਚਾ ਸਕੇ। ਸਾਰਾ ਟੁੱਟਾ ਹੋਇਆ ਬਿਲਕੁਲ, ਇਹ ਕੁੰਡੇ ਵੀ ਸਾਰੇ ਗਲੇ ਪਏ ਨੇ, ਟੁੱਟੇ ਹੋਏ ਨੇ, ਡੈਮੇਜ ਸਮਾਨ ਹੈ। ਅਤੇ ਮੈਨੂੰ ਉਹਨਾਂ ਕਿਹਾ ਜੀ ਮੈਂ ਲਿਖ ਕੇ ਨਹੀਂ ਦੇਣਾ, ਅਸੀਂ ਜ਼ਿੰਮੇਦਾਰ ਤੂੰ ਵੜ ਜਾ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਅਸੀਂ ਅੱਗੇ ਹੀ ਪਹਿਲਾਂ ਬੜੀਆਂ ਜਾਨਾਂ ਜ਼ਾਇਆ ਕਰ ਚੁੱਕੇ ਹਾਂ, ਤੁਹਾਡੀ ਮਿਹਰਬਾਨੀ ਸਮਾਨ ਪੂਰਾ ਕਰੋ। ਲੇਬਰ ਸਾਰੀ ਮੇਰੇ ਨਾਲ ਮੌਜੂਦ ਹੈ, ਮੇਰਾ ਜੁੱਟ ਤਿਆਰ ਖਲੋਤਾ ਹੈ, ਮੈਂ ਬਜ਼ਾਰ 'ਤੇ ਖੁਦ ਕੱਛਾ ਪਾਇਆ ਹੋਇਆ, ਮੈਂ ਕੰਮ ਕਰਨ ਲਈ ਤਿਆਰ ਹਾਂ। ਲੇਕਿਨ ਇੱਕ ਚੀਜ਼ ਤੋਂ ਦਿਲੀ ਦੁੱਖ ਹੋਇਆ ਕਿ ਵਾਸਾ ਦੇ ਵਿੱਚ ਇੱਕ ਚੀਜ਼ ਮਸ਼ਹੂਰ ਹੈ, ਮੁਸਲਿਮ ਮਸੀਹ ਇਤਿਹਾਦ, ਜਿਹੜਾ ਦੂਸਰੇ ਮਹਿਕਮਿਆਂ 'ਚ ਐਡਾ ਕਾਮਯਾਬ ਨਹੀਂ। ਵਾਸਾ ਦੇ ਵਿੱਚ ਅਸੀਂ ਮੁਸਲਿਮ ਭਰਾਵਾਂ ਦੀਆਂ ਖੁਸ਼ੀਆਂ 'ਚ ਗਮੀਆਂ 'ਚ ਬਰਾਬਰ ਸ਼ਰੀਕ ਹੁੰਦੇ ਹਾਂ। ਇਹ ਜਨਾਬ ਐਸ ਡੀ ਓ ਸਾਹਿਬ ਮੁਹਤਰਮ ਗੁੱਜਰ ਸਾਹਿਬ ਇਹਨਾਂ ਅੱਜ ਸਾਡੀਆਂ ਆਇਆਂ ਦੀਆਂ 15 ਦਿਨ ਦੀਆਂ ਜਾਂ 4 ਦਿਨ ਦੀਆਂ ਜਾਂ 5 ਦਿਨ ਦੀਆਂ ਹਾਜ਼ਰੀਆਂ ਕੱਟ ਕੇ ਰਿਪੋਰਟਾਂ ਵੀ ਕੀਤੀਆਂ ਅਤੇ ਅਲਫਾਜ਼ ਇਹ ਯੂਜ਼ ਕੀਤੇ ਕਿ ਚੂੜਿਆਂ ਇਹ ਕੰਮ ਨਹੀਂ ਕਰਨਾ ਅਤੇ ਕਿਹੜਾ ਕਰਨਾ। ਜਨਾਬ ਮੈਂ ਆਪਣੀਆਂ ਤਮਾਮ ਮਸੀਹੀ ਤਨਜ਼ੀਮਾਂ, ਪਿਆਮੇ ਕਲੀਅਤ ਪਾਕਿਸਤਾਨ, ਪਾਕਿਸਤਾਨ ਮਸੀਹਾ ਮਿਲਕ ਪਾਰਟੀ, ਪਾਕਿਸਤਾਨ ਜ਼ਿੰਦਾਬਾਦ ਮੂਵਮੈਂਟ ਔਰ ਚੀਫ ਆਫ ਆਰਮੀ ਸਟਾਫ ਔਰ ਚੀਫ ਜਸਟਿਸ ਪਾਕਿਸਤਾਨ ਅੱਗੇ ਅਪੀਲ ਕਰਨਾ ਕਿ ਜਨਾਬ ਵਾਸਾ ਦੇ ਮਾਹੌਲ ਨੂੰ ਬਰਕਰਾਰ ਰੱਖਿਆ ਜਾਏ। ਇੱਕ ਕੁਛ ਇੰਤਸ਼ਾਰੀ ਆਦਮੀਆਂ ਦੀ ਸ਼ਰਤ 'ਤੇ ਐਸ ਡੀ ਓ ਸਾਹਿਬ ਇਹ ਗੱਲਾਂ ਇਹ ਬਾਤਾਂ ਕਰ ਰਹੇ ਨੇ ਕਿ ਮਸੀਹ ਮੁਸਲਿਮ ਇਤਿਹਾਦ ਖਤਮ ਹੋਵੇ ਔਰ ਮਸੀਹ ਮੁਸਲਿਮ ਫਸਾਦਾਤ ਵਾਸਾ ਦੇ ਵਿੱਚ ਸ਼ੁਰੂ ਹੋਣ ਅਤੇ ਜਨਾਬ ਇਹਨਾਂ ਨੂੰ ਰੋਕਿਆ ਜਾਏ, ਕਿਉਂਕਿ ਮੁਲਕ ਦੇ ਹਾਲਾਤ ਪਹਿਲੇ ਹੀ ਮੇਰੇ ਖਿਆਲ ਨਾਲ ਸਾਰੀ ਆਵਾਮ ਦੇ ਸਾਹਮਣੇ ਨੇ। ਕਿਉਂਕਿ ਵਾਕਿਆ ਜੜ੍ਹਾਂ ਵਾਲਾ ਇਹਨੇ ਵੀ ਆਵਾਮ ਦੇ ਦਿਲਾਂ ਨੂੰ ਠੇਸ ਪਹੁੰਚਾਈ, ਠੀਕ ਹੈ। ਕਸੂਰਵਾਰ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਅਗਰ ਉਹ ਕਸੂਰਵਾਰ ਸੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ। ਲੇਕਿਨ ਇੱਥੇ ਗੁਲਬਰਗ ਸਬ ਡਿਵੀਜ਼ਨ ਦੇ ਵਿੱਚ ਗੁਲਬਰਗ ਦੇ ਜਨਾਬੇ ਐਸ ਡੀ ਓ ਸਾਹਿਬ ਮਾਹੌਲ ਨੂੰ ਖਰਾਬ ਕਰਨ ਦੀ ਔਰ ਇੰਤਸ਼ਾਰ ਫੈਲਾਉਣ ਦੀ ਔਰ ਮੁਸਲਿਮ ਮਸੀਹ ਲੜਾਈ ਝਗੜਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਫਿਰ ਤੋਂ ਆਪਣੀਆਂ ਤਮਾਮ ਮਸੀਹੀ ਤਨਜ਼ੀਮਾਂ ਨੂੰ, ਤਮਾਮ ਐਨ ਜੀ ਓਜ਼ ਨੂੰ ਰਿਕੁਐਸਟ ਕਰਨਾ ਕਿ ਜਨਾਬ ਇਸ ਗੱਲ 'ਤੇ ਨੋਟਿਸ ਲਿੱਤਾ ਜਾਏ ਕਿ ਇਹਨਾਂ ਸਾਡੇ ਲਈ ਚੂੜੇ ਦਾ ਲਫ਼ਜ਼ ਕਿਉਂ ਯੂਜ਼ ਕੀਤਾ, ਕਿਉਂਕਿ ਇਹ ਲਫ਼ਜ਼ ਮੈਂ ਆਪਣੇ ਕੰਨਾਂ ਦੇ ਨਾਲ ਬਜ਼ਾਤੇ ਖੁਦ ਸੁਣਿਆ। ਅਗਰ ਕਿਸੇ ਨੇ ਮੈਨੂੰ ਦੱਸਿਆ ਹੁੰਦਾ ਮੈਂ ਯਕੀਨ ਨਾ ਕਰਦਾ। ਬਹਿਸੇ ਹਸੀਤੇ ਸੀਵਰਮੈਨ ਐਸੋਸੀਏਸ਼ਨ ਦਾ ਜਨਰਲ ਸੈਕਟਰੀ, ਕਿਉਂਕਿ ਮੇਰੀ ਕਲਾਸ ਹੈ, ਸੀਵਰਮੈਨ ਮੇਰੀ ਕਲਾਸ ਨੇ, ਅਤੇ ਇਹਨਾਂ ਦੀ ਆਵਾਜ਼ ਬੁਲੰਦ ਕਰਨਾ ਮੇਰਾ ਫਰਜ਼ ਹੈ। ਇਹਦਾ ਮਤਲਬ ਹੈ ਕਿ ਇਹਨੇ ਐਸ ਡੀ ਓ ਸਾਹਿਬ ਨੇ ਬਾਕੀਆਂ ਨੂੰ ਨਹੀਂ, ਸਾਰੀ ਮਸੀਹੀ ਕੌਮ ਨੂੰ ਇੱਕ ਤਮਾਚਾ ਮਾਰਿਆ ਚੂੜਾ ਲਫ਼ਜ਼। ਅਤੇ ਜਨਾਬ ਸਾਡੇ ਮਹਿਕਮੇ ਦੇ ਵਿੱਚ ਮੁਸਲਿਮ ਮਸੀਹ ਇਤਿਹਾਸ ਮਸ਼ਹੂਰ ਹੈ ਅਤੇ ਮੇਰੀ ਬਰਾਦਰੀ ਮੇਰੀ ਕੌਮ ਮਸੀਹੀ ਕੌਮ ਨੂੰ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਕਿ ਇਹ ਸੀਵਰ ਚੁੱਤਰਦੀ ਹੈ ਅਤੇ ਕੰਮ ਕਰਦੀ ਹੈ। ਅਤੇ ਜਨਾਬ ਤਮਾਮ ਉਹਦੇ ਦੌਰਾਨ ਅੱਗੇ ਯੂਨੀਅਨ ਅੱਗੇ ਵੀ ਅਪੀਲ ਹੈ ਕਿ ਜਨਾਬ ਇਸ ਮਾਮਲੇ ਦਾ ਨੋਟਿਸ ਲਿੱਤਾ ਜਾਏ ਅਤੇ ਜਨਾਬ ਜਿਹੜੇ ਸ਼ਰ ਪਸੰਦ ਅਨਾਸਰ ਦੇ ਕਹਿਣ 'ਤੇ ਐਸ ਡੀ ਓ ਸਾਹਿਬ ਇਹ ਕਰ ਰਹੇ ਨੇ ਇਹਨੂੰ ਰੋਕਿਆ ਜਾਏ। ਵਰਨਾ ਅਸੀਂ ਆਪਣੀ ਤਮਾਮ ਮਸੀਹੀ ਤਨਜ਼ੀਮਾਂ ਨਾਲ ਰਾਬਤਾ ਕਰਕੇ ਪੂਰਾ ਮਨ ਪ੍ਰੈਸ ਕਲੱਬ ਦੇ ਅੱਗੇ ਐਸ ਡੀ ਓ ਸਾਹਿਬ ਦੇ ਖਿਲਾਫ ਇਤਜਾਜ ਕਰਾਂਗੇ।